ਪੰਜਾਬ ਸਰਕਾਰ ਦਾ ਸਿਹਤ ਸਭਾਵਾਂ ਪ੍ਰਤੀ ਰੁਖ ਪਹਿਲੇ ਦਿਨ ਤੋਂ ਸਾਫ਼ ਹੈ ਕਿਉਂਕਿ ਅਸੀਂ ਆਪਣੇ ਪੰਜਾਬ ਦੇ 3 ਕਰੋੜ ਲੋਕਾਂ ਨੂੰ ਵਧੀਆ ਤੇ ਕਾਫੀ ਸਿਹਤ ਸਭਾਵਾਂ ਦੇਣੀ ਹੈ ਪਿਛਲੇ ਕੁਝ ਦਿਨਾਂ ਤੋਂ ਕੁਝ ਪੇਮੈਂਟਸ ਰੁਕਣ ਦੇ ਕਾਰਨ ਜੋ ਯੂਸ਼ਮਾਨ ਭਾਰਤ ਦੀ ਸਕੀਮ ਸੀ ਆਈਐਮਏ ਦੇ ਪ੍ਰਾਈਵੇਟ ਡਾਕਟਰਜ਼ ਨੂੰ ਥੋੜੀ ਪ੍ਰੋਬਲਮ ਆ ਰਹੀ ਸੀ ਉਹਨਾਂ ਨੇ ਬੰਦ ਕੀਤੀਆਂ ਸੀ ਲੇਕਿਨ ਕੱਲ ਉਸ ਐਸੋਸੀਏਸ਼ਨ ਨਾਲ ਬਹੁਤ ਵਧੀਆ ਮੀਟਿੰਗ ਹੋਈ ਔਰ ਉਹਨਾਂ ਨੇ ਭਰੋਸਾ ਦਿੱਤਾ ਕਿ ਅਸੀਂ ਅੱਜ ਤੋਂ ਆਪਣੀਆਂ ਸੇਵਾਵਾਂ ਸ਼ੁਰੂ ਕਰਾਂਗੇ ਔਰ ਆਈਐਮਐਨ ਨੇ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਨੇ ਔਰ ਜੋ ਉਹਨਾਂ ਦੇ ਬੰਦੇ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਉਸ ਤਰ੍ਹਾਂ ਦੇ ਡਿਸੀਜਨ ਟੈਕਨੀਕਲ 에ਰਰਸ ਕਰਕੇ ਉਹ ਜੋ ਪਿਛਲੀਆਂ ਕੰਪਨੀਆਂ ਉਹਨਾਂ ਨਾਲ ਉਸ ਤਰ੍ਹਾਂ ਦਾ ਡਿਸਪਿਊਟ ਹੋਣ ਕਾਰਨ ਥੋੜੀ ਪੇਮੈਂਟ ਡਿਲੇ ਹੋ ਗਈ ਸੀ ਔਰ ਬਹੁਤ ਜਲਦੀ ਅਸੀਂ ਉਹ ਪੇਮੈਂਟਸ ਸਾਡੇ ਪ੍ਰਾਈਵੇਟ ਤੇ ਸਰਕਾਰੀ ਹਸਪਤਾਲਾਂ ਨੂੰ ਉਪਲਬਧ ਕਰਾਵਾਂਗੇ ਔਰ ਸੇਹ ਸੁਮਾਵਾ ਜੀ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਹਮੇਸ਼ਾ ਸਾਡੀ ਪ੍ਰਾਇੋਰਟੀ ਰਹੀ ਹੈ ਔਰ ਆਉਣ ਵਾਲੇ ਸਮੇਂ 'ਚ ਵੀ ਸਾਡੀ ਕਮਿਟਮੈਂਟ ਹੈ ਮਾਨ ਸਾਹਿਬ ਦੀ ਸਰਕਾਰ ਦੀ ਕਿ ਅਸੀਂ ਵਧੀਆ ਸੇਹ ਸੁਮਾਵਾ ਦੇਵਾਂਗੇ ਔਰ ਉਹ ਸੇਹ ਸੁਮਾਵਾ ਹੁਣ ਸਾਰੇ ਪ੍ਰਾਈਵੇਟ ਹਸਪਤਾਲਾਂ 'ਚ ਵੀ ਲਾਗੂ ਹੋ ਚੁੱਕੀਆਂ ਨੇ ਔਰ ਮੈਂ ਆਈਐਮਏ ਦਾ ਔਰ ਸਾਰੇ ਪੰਜਾਬ ਦੇ ਵਸਨੀਕਾਂ ਦਾ ਵੀ ਧੰਨਵਾਦ ਕਰਦਾ ਕਿ ਸਾਡੇ ਨਾਲ ਕੋਆਪਰੇਟ ਕਰਨ ਆਉਣ ਵਾਲੇ ਸਮੇਂ 'ਚ ਇਹ ਸੁਮਾਵਾ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ